ਸਤੰਗਰ ਜੀ ਅੱਜ ਇੱਕ ਛੋਟੇ ਜਿਹੇ ਪਿੰਡ ਜੋ ਗਾਜ਼ੀਆਬਾਦ ਤੋਂ ਥੋੜ੍ਹੇ ਜਿਹੇ ਦੂਰ ਹੈ ਉੱਥੇ ਆਏ ਹੋਏ ਹਾਂ। ਇਸ ਪਿੰਡ ਵਿੱਚ ਪਹਿਲੀ ਵਾਰੀ ਆਉਣ ਦਾ ਮੌਕਾ ਮਿਲਿਆ, ਦੇਖਣ ਨੂੰ ਮਿਲਿਆ ਕਿਵੇਂ ਆਪਣੇ ਸਿੱਖ ਸਿਕਲੀਗਰ ਪਰਿਵਾਰ ਰਹਿ ਰਿਹਾ। ਅੱਗੇ ਵੀ ਤੁਹਾਨੂੰ ਪਤਾ ਸੈਫ ਇੰਟਰਨੈਸ਼ਨਲ ਪਿਛਲੇ ਅਸੀਂ 5 ਸਾਲ ਤੋਂ ਸਿਕਲੀਗਰ ਸਿੱਖਾਂ ਵਾਸਤੇ ਬਹੁਤ ਕੰਮ ਕਰ ਰਹੇ ਹਾਂ, ਚਾਹੇ ਤੇਲੰਗਾਨਾ ਹੋਵੇ, ਚਾਹੇ ਮਰਿਆਲਗੁੜਾ ਹੋਵੇ, ਚਾਹੇ ਗੁਜਰਾਤ ਹੋਵੇ, ਚਾਹੇ ਜੰਮੂ ਹੋਵੇ, ਚਾਹੇ ਪੰਜਾਬ ਹੋਵੇ। ਸੋ ਇੱਕ ਪ੍ਰੋਜੈਕਟ ਹੈ ਜਿਹੜਾ ਸਾਡੇ ਦਿਲਾਂ ਦੇ ਬਹੁਤ ਨਜ਼ਦੀਕ ਆ, ਅਤੇ ਅੱਜ ਵੀ ਉਹੀ ਪ੍ਰੋਜੈਕਟ ਸਾਡੇ ਦਿਲ ਦੀ ਖਿੱਚ ਆ। ਅਸੀਂ ਇਹਨਾਂ ਵਾਸਤੇ, ਇਹਨਾਂ ਵੀਰਾਂ ਵਾਸਤੇ ਹੋਰ ਕਰੀਏ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਖਾਲਸੇ ਪੰਥ ਚੜ੍ਹਦੀ ਕਲਾ ਵਾਸਤੇ ਜਦੋਂ ਮਹਾਰਾਣੀ ਇੱਕ ਹਾਕ ਮਾਰੀ ਤਾਂ ਇਹ ਭੱਜ ਕੇ ਉੱਠ ਗਿਆ ਕਿ ਮਹਾਰਾਣਾ ਵਾਸਤੇ ਸ਼ਸਤਰ ਤਿਆਰ ਕੀਤੇ ਨੇ ਸਿੰਘਾਂ ਨੇ, ਇਹਨਾਂ ਦੇ ਜੋ ਪੁਰਖੇ ਨੇ ਚੱਲ ਉਹਨਾਂ ਨੇ ਮਹਾਰਾਜ ਵਾਸਤੇ ਜਾਨਾਂ ਦਿੱਤੀਆਂ, ਆਪਾਂ ਉਹਨਾਂ ਵਾਸਤੇ ਕੁਛ ਕਰ ਸਕੀਏ। ਸੋ ਅਜਿਹੇ ਹਾਲਾਤਾਂ ਵਿੱਚ ਰਹਿੰਦੇ ਨੇ ਪਰਿਵਾਰ, ਐਵੇਂ ਦੁੱਖ ਲੱਗਦਾ ਵਾ ਵੀ ਪੰਥ ਵਾਸਤੇ ਇਹਨਾਂ ਦੀ ਇੰਨੀ ਘਾਲ ਨਾ ਹੋਵੇ ਇਹਨਾਂ ਦੇ ਪੁਰਖਿਆਂ ਦੀ, ਅਤੇ ਆਪਾਂ ਇਹਨਾਂ ਨੂੰ ਸੰਭਾਲ ਨਾ ਸਕੀਏ। ਬਾਹਲੀ ਵੱਡੀ ਗਿਣਤੀ ਵੀ ਨਹੀਂ ਹੈਗੀ ਇਹਨਾਂ ਦੀ, ਐਵੇਂ ਬਹੁਤ ਅਨੁਮਾਨ ਵੱਖਰੇ ਵੱਖਰੇ ਲਾਏ ਜਾਂਦੇ ਨੇ, ਪਰ ਹਾਂ ਜਿੱਥੇ ਵੀ ਜਾਂਦੇ ਹਾਂ ਅਸੀਂ ਇਹਨਾਂ ਦੀ ਕੰਡੀਸ਼ਨਾਂ ਇੱਦਾਂ ਹੀ ਨੇ। ਆਪ ਇੱਕ ਘਰ ਆ ਲਿਟਰਲੀ ਤੁਸੀਂ ਪਿੱਛੇ ਵੀ ਦੇਖ ਸਕਦੇ ਹੋ ਮੇਰੇ ਪਿੱਛੇ ਵੀ ਕਿਹੋ ਜਿਹੇ ਕੰਡੀਸ਼ਨਾਂ ਵਿੱਚ ਰਹਿ ਰਹੇ ਨੇ। ਅਤੇ ਆਈ ਮੀਨ ਦੁਨੀਆਂ 'ਚ ਬਹੁਤ ਲੋਕ ਗਰੀਬ ਨੇ, ਜੋ ਹੁੰਦਾ ਚਲੋ ਕਰਮਾਂ ਦੀ ਖੇਡ ਵੀ ਆਪਾਂ ਕਹਿ ਦਿੰਦੇ ਹਾਂ ਹੁਕਮ ਜੀ ਮਹਾਰਾਜ ਦੇ ਹੋ ਰਿਹਾ ਵਾ, ਪਰ ਕਿਤੇ ਨਾ ਕਿਤੇ ਆਪਾਂ ਹੁਕਮ ਭੁੱਲ ਰਹੇ ਹਾਂ ਵੀ ਆਪਣਾ ਹੁਕਮ, ਆਪਾਂ ਨੂੰ ਵੀ ਹੁਕਮ ਹੈ ਵੀ ਆਪਾਂ ਦਸਾਂ ਨੂੰ ਅਧਿਕਾਰਤ ਕਰਕੇ ਸੰਬੰਧ ਕੱਢ ਕੇ ਕੌਮ ਅਤੇ ਪੰਥ ਦੀ ਸੇਵਾ ਕਰੀਏ, ਇਹਨਾਂ ਨੂੰ ਸੰਭਾਲੀਏ। ਹੁਣ ਕਈ ਵਾਰੀ ਹੁੰਦਾ ਵੀ ਆਪਾਂ ਨੂੰ ਪਤਾ ਨਹੀਂ ਹੁੰਦਾ, ਆਪਾਂ ਨੂੰ ਪਤਾ ਲੱਗ ਗਿਆ। ਹਾਂ ਸੈਫ ਇੰਟਰਨੈਸ਼ਨਲ ਤੋਂ ਸਾਡੇ ਸੀ ਤਾਂ ਦੇਖਣ ਆਏ ਅੱਜ, ਜੇ ਮਹਾਰਾਜ ਹੁਕਮ ਹੋਇਆ ਅਸੀਂ ਸੇਵਾ ਕਰਾਂਗੇ। ਜੇ ਅਸੀਂ ਮੰਨ ਲਓ ਤੁਸੀਂ ਕਰਨਾ ਚਾਹੁੰਦੇ ਸਭ ਤੋਂ ਇਨਫੋਰਮੇਸ਼ਨ ਲਓ, ਇੱਥੇ ਆ ਕੇ ਪਰਿਵਾਰਾਂ ਨੂੰ ਮਿਲੋ ਅਤੇ ਇਹਨਾਂ ਨੇ ਪਰਿਵਾਰਾਂ ਦੀ ਮਦਦ ਕਰੋ, ਇਹਨਾਂ ਦੀ ਹੈਲਪ ਕਰੋ, ਇਹਨਾਂ ਨੂੰ ਲੋੜ ਆ, ਇਹਨਾਂ ਦੇ ਘਰਾਂ ਦੀ ਬਣਾਉਣ ਵਾਸਤੇ ਲੋੜ ਆ, ਇਹਨਾਂ ਦੇ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਲੋੜ ਆ, ਇਹਨਾਂ ਨੂੰ ਗਾਈਡੈਂਸ ਦੀ ਲੋੜ ਆ, ਬਹੁਤ ਲੋੜਾਂ ਹੈਗੀਆਂ ਨੇ। ਆਪਾਂ ਰਲ ਮਿਲ ਕੇ ਹੰਬਲਾ ਮਾਰੀਏ ਇੱਕ ਸਿਕਲਗਰ ਸਿੱਖਾਂ ਦੀ, ਵਣਜਾਰਿਆਂ ਦੀ, ਨਾਨਕ ਪੰਥੀ ਕਬੀਰ ਪੰਥੀ ਅਸਾਮ 'ਚ ਬੈਠੇ ਨੇ, ਥਾਂ ਥਾਂ ਬੈਠੇ ਨੇ, ਇਹਨਾਂ ਦੀ ਆਪਾਂ ਆਵਾਜ਼ ਆਪਣੇ ਬਾਹਰ ਬੈਠੇ ਜੋ ਬੱਚੇ ਨੇ, ਜੋ ਨਵੇਂ ਕੈਨੇਡਾ ਦੇ, ਅਮੈਰੀਕਾ ਦੇ ਜੰਮਪਲ ਬੱਚੇ ਆ, ਉਹਨਾਂ ਨੂੰ ਵੀ ਦੱਸੀਏ ਵੀ ਆਹ ਪਰਿਵਾਰ ਆਪਣੇ ਅੰਦਰ ਰਹਿ ਰਹੇ ਨੇ, ਤਾਂ ਜੋ ਉਹਨਾਂ ਦੀਆਂ ਪਨੀਰੀਆਂ, ਆਪਣੀ ਆਉਣ ਵਾਲੀਆਂ ਪਨੀਰੀਆਂ ਬਾਹਰਲੇ ਮੁਲਕਾਂ 'ਚ ਬੈਠੀਆਂ ਉਹ ਕਨੈਕਟਡ ਰਹਿਣਗੀਆਂ ਆਪਣੀ ਕਮਿਊਨਿਟੀਜ਼ ਦੇ ਨਾਲ। ਸਭ ਕਦੇ ਭੁੱਲ ਨਾ ਜਾਈਏ ਵੀ ਆਪਾਂ ਬਾਹਰ ਚਲੇ ਗਏ, ਆਪਾਂ ਆਪਣੇ ਵਾਸਤੇ ਆਪਣੇ ਪਰਿਵਾਰਾਂ ਵਾਸਤੇ ਚਲੇ ਗਏ, ਪਰ ਆਹ ਵੀ ਆਪਣਾ ਪਰਿਵਾਰ ਆ, ਜਿਹਨੂੰ ਮਹਾਰਾਜ ਨੇ ਕਿਹਾ ਸੀ ਵੀ ਖਾਲਸਾ ਇੱਕ ਮੇਰਾ ਸਾਰਾ ਪਰਿਵਾਰ ਆ, ਇਹ ਆਪਣਾ ਪਰਿਵਾਰ ਆ ਖਾਲਸੇ ਦਾ, ਇਹਨੂੰ ਨਾ ਭੁੱਲ ਜਾਈਏ। ਸੋ ਆਓ ਰਲ ਮਿਲ ਕੇ ਹੰਬਲਾ ਮਾਰੀਏ, ਸਾਡੇ ਨਾਲ ਨਹੀਂ ਤੁਸੀਂ ਕਿਸੇ ਹੋਰ ਨਾਲ, ਇਕੱਲੇ ਆਪ ਕਰ ਲਓ, ਪਰ ਰਲ ਮਿਲ ਕੇ ਆਪਾਂ ਜਿੱਥੇ ਵੀ ਤੁਹਾਨੂੰ ਠੀਕ ਲੱਗਦਾ ਆਪਾਂ ਕੋਸ਼ਿਸ਼ ਕਰੀਏ, ਆਪਾਂ ਆਪਣੇ ਪੰਥ ਅਤੇ ਕੌਮ ਚੜ੍ਹਦੀ ਕਲਾ ਵਾਸਤੇ ਇਹਨਾਂ ਪਰਿਵਾਰਾਂ ਨੂੰ ਇਸ ਜੋ ਗਰੀਬੀ ਦਲਦਲ 'ਚ ਫਸੇ ਹੋਏ ਨੇ ਕੱਢਣ ਦਾ ਯਤਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।